प्यारे विद्यार्थियों, हुण असीं दो घाती बहुपद दे गुणखंड किरिया विधि राहीं बनाउणे सिखांगे। गुणखंड दा जिवें असीं पहलां भी देखिया कि गुणखंड दा भाव है गुणन गुणा खंड हिस्से, ओह हिस्से जो आपस दे विच गुणा होण। इत्थे साडे कोल दो घाती बहुपद है, इसलिए इस दे दो अजिहे हिस्से बन सकदे ने जिहड़े आपस दे विच गुणा होण, ते उहनां नूं गुणा करन तों बाद साडे कोल फिर तों इही जिहड़ा बहुपद है उह प्राप्त हो जाएगा। हुण असीं किरिया विधि राहीं देखदे हां कि इस दे गुणखंड किस तरह बनाए जा सकदे ने। जगरूप साहिब तुहानूं दस्सणगे कि गुणखंड किवें बणनगे। धन्नवाद किरण जी। प्यारे विद्यार्थियों, जिवें असीं देखदे हां साडे कोल इक बहुपद आ जिहदे विच तीन पद ने। पहला हैगा एक्स स्क्वायर, दूसरा है 5x अते तीसरा है 6। असीं एक्स स्क्वायर ने टुकड़े दे रूप दे विच लिया जिहदियां दोहे भुजावां एक्स ने। ਇਹ ਵਰਗਾਕਾਰ ਰੂਪ ਆ, ਪਹਿਲੀ ਵੀ ਐਕਸ ਅਤੇ ਦੂਸਰੀ ਵੀ ਐਕਸ। ਬਿਲਕੁਲ ਉਸੇ ਤਰੀਕੇ ਨਾਲ ਦੂਸਰਾ ਟੁਕੜਾ ਲਿਆ ਸੀ ਜੋ ਕਿ ਐਕਸ ਨੂੰ ਰੀਪ੍ਰਜੈਂਟ ਕਰਦਾ ਹੈ, ਜਿਹਦੀ ਇੱਕ ਭੁਜਾ ਐਕਸ ਅਤੇ ਇੱਕ ਭੁਜਾ ਇੱਕ ਹੈ। ਇਹਦੇ ਅਸੀਂ ਟੁਕੜੇ ਲਏ ਨੇ 5, 1, 2, 3, 4 ਅਤੇ 5। ਬਹੁਪਦ ਦਾ ਤੀਸਰਾ ਬਹੁਪਦ ਦੇਖਦੇ ਹਾਂ, ਤੀਸਰਾ ਪਦ ਦੇਖਦੇ ਹਾਂ। ਤੀਸਰਾ ਪਦ ਹੈ 6। ਆ ਇੱਕ ਵਰਗ ਆ ਜਿਹਦੀਆਂ ਦੋਏ ਭੁਜਾਵਾਂ ਨੇ ਇੱਕ ਅਤੇ ਇੱਕ। ਇਸ ਤਰ੍ਹਾਂ ਦੇ ਮੈਂ 6 ਟੁਕੜੇ ਲਏ ਹਨ। ਪਿਆਰੇ ਵਿਦਿਆਰਥੀਓ, ਹੁਣ ਆਪਾਂ ਇਹਨਾਂ ਟੁਕੜਿਆਂ ਨੂੰ ਇਸ ਤਰ੍ਹਾਂ ਤਰਤੀਬਧ ਕਰਾਂਗੇ ਤਾਂ ਕਿ ਸਾਡੇ ਕੋਲ ਇੱਕ ਆਇਤ ਜਾਂ ਵਰਗ ਬਣ ਜਾਵੇ। ਸੋ ਸਭ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰਦਾ ਕਿ ਇਹਨੂੰ ਇੱਕ ਵਰਗ ਜਾਂ ਆਇਤ ਬਣਾ ਸਕਾਂ। ਤਾਂ ਵਿਦਿਆਰਥੀਓ, ਮੈਂ ਇਹ ਐਕਸ ਦੇ ਟੁਕੜਿਆਂ ਨੂੰ ਪਹਿਲਾਂ ਲਗਾ ਲਵਾਂ। ਇਹ ਥੋੜ੍ਹੇ ਵੱਡੇ ਨੇ ਤਾਂ ਕਰਕੇ ਲਗਾਉਣੇ। ਲਓ ਜੀ, ਹੁਣ ਮੈਂ ਕੋਸ਼ਿਸ਼ ਕਰਦਾ ਕਿ ਇੱਕ ਵਾਲੇ ਨੂੰ ਲਗਾ ਕੇ ਦੇਖਦਾ ਕਿ ਪਰ ਇਹ ਤਾਂ ਇੱਕ ਆਇਤ ਜਾਂ ਵਰਗ ਸਾਡੇ ਕੋਲ ਨਹੀਂ ਸਾਹਮਣੇ ਆਇਆ ਜੀ। ਬਿਲਕੁਲ, ਦੁਬਾਰਾ ਫਿਰ ਕੋਸ਼ਿਸ਼ ਕਰਨੀ ਪਵੇਗੀ ਕਿ ਅਸੀਂ ਇੱਕ ਆਇਤ ਜਾਂ ਵਰਗ ਬਣਾ ਲਈਏ। ਹੁਣ ਇਸ ਲਈ ਕੀ ਕਰਨਾ ਹੋਏਗਾ? ਦੁਬਾਰਾ ਫਿਰ ਅਰੇਂਜ ਕਰਾਂਗੇ ਸਰ, ਇਹਨਾਂ ਨੂੰ ਇੱਧਰ ਰੱਖ ਕੇ ਦੇਖ ਲੈਂਦੇ ਹਾਂ। ਕੋਸ਼ਿਸ਼ ਕਰਦੇ ਹਾਂ ਫਿਰ ਜੇ ਹੁਣ ਬਣ ਜਾਵੇ। ਭਾਵ ਅਸੀਂ ਪਹਿਲਾਂ ਐਕਸ ਵਾਲਾ, ਐਕਸ ਸਕੇਅਰ ਵਾਲਾ ਵੱਡਾ ਟੁਕੜਾ ਲਾਉਣਾ, ਫਿਰ ਐਕਸ ਵਾਲੇ, ਫਿਰ ਯੂਨਿਟ ਵਾਲੇ ਜਿਹੜੇ ਟੁਕੜੇ ਨੇ ਉਹ ਅਰੇਂਜ ਕਰਨੇ ਨੇ। ਬਿਲਕੁਲ ਸਰ, ਵੱਡਾ ਟੁਕੜਾ ਪਹਿਲਾਂ ਲਗਾਉਣ ਦਾ ਸਾਡੇ ਕੋਲ ਬੈਨੀਫਿਟ ਇਹ ਹੁੰਦਾ ਕਿ ਸਾਡੇ ਕੋਲ ਛੋਟੇ ਟੁਕੜਿਆਂ ਲਈ ਜਗ੍ਹਾ ਮਿਲ ਜਾਂਦੀ ਹੈ। ਹਾਲੇ ਵੀ ਤੁਸੀਂ ਦੇਖਦੇ ਹੋ ਸਾਡੇ ਕੋਲ 2 ਟੁਕੜੇ ਬਚ ਗਏ, ਪੂਰਾ ਨਹੀਂ ਹੋਇਆ। ਤਾਂ ਦੁਬਾਰਾ ਫਿਰ ਕੋਸ਼ਿਸ਼ ਕਰਦੇ ਹਾਂ। ਐਵੇਂ ਵਾਰ ਵਾਰ ਕੋਸ਼ਿਸ਼ ਕਰਨ 'ਤੇ ਸਾਨੂੰ ਇੱਕ ਸਥਿਤੀ ਐਸੀ ਮਿਲੇਗੀ ਜਦੋਂ ਇਹ ਟੁਕੜੇ ਪੂਰੀ ਤਰ੍ਹਾਂ ਇੱਕ ਵਰਗ ਜਾਂ ਆਇਤ ਦਾ ਰੂਪ ਲੈ ਲੈਣਗੇ। ਉਹ ਸਾਡੇ ਉਸ ਸਮੇਂ ਕੀ ਬਣਨਗੇ? ਗੁਣਨਖੰਡ। ਵਾਰ ਵਾਰ ਯਤਨ ਕਰਨੇ ਪੈਣਗੇ ਇਸ ਵਾਸਤੇ। ਬਿਲਕੁਲ ਸਰ, ਤਾਂ ਹੀ ਇਸ ਨੂੰ ਅਸੀਂ ਕਿਰਿਆ ਦਾ ਰੂਪ ਕਹਿੰਦੇ ਹਾਂ। ਹਾਂ ਬਿਲਕੁਲ ਬੱਚਿਓ, ਹੁਣ ਦੇਖਦੇ ਹਾਂ ਇਸ ਸਮੇਂ ਇਹ ਪੂਰਾ ਆਇਤਾਕਾਰ ਸਾਡੇ ਕੋਲ ਸਾਹਮਣੇ ਆ ਗਿਆ ਜੀ, ਇਸਦਾ ਆਕਾਰ ਆਇਤ ਵਰਗਾ ਹੈ। ਬੱਚਿਓ ਤੁਸੀਂ ਦੇਖ ਸਕਦੇ ਹਾਂ ਇਸ ਅਸੀਂ ਪੂਜਾ ਲਈ ਸੀ ਐਕਸ, ਤੇ ਸਰ ਪਲੀਜ਼ ਆਪਾਂ ਨਾਲ ਨਾਲ ਲਿਖ ਲਈਏ। ਥੈਂਕ ਯੂ। ਤੇ ਇਹਦੀ ਪੂਜਾ ਸੀਗੀ 1, 1+1+1, ਤਿੰਨ ਚੀਜ਼ਾਂ ਜੋੜੀਆਂ ਨੇ ਵਿਦਿਆਰਥੀਓ, ਤਾਂ ਕਰਕੇ ਇਹ ਤਿੰਨੇ ਜੋੜ ਕੇ ਕਿੰਨਾ ਬਣ ਗਿਆ? 3। ਤਾਂ ਕੁੱਲ ਪੂਜਾ ਬਣ ਗਈ ਸਾਡੇ ਕੋਲ ਐਕਸ ਜਮਾਂ 3। ਭਾਵ ਇਸ ਦੀ ਜਿਹੜੀ ਇੱਕ ਸਾਡੇ ਕੋਲ ਸਾਈਡ ਹੈ ਉਹ ਐਕਸ ਜਮਾਂ 3 ਦੇ ਰੂਪ ਦੇ ਵਿੱਚ ਸਾਡੇ ਕੋਲ ਪ੍ਰਾਪਤ ਹੋਈ ਆ। ਬਿਲਕੁਲ ਜੀ। ਤੇ ਦੂਸਰਾ ਪਾਸਾ ਸਰ? ਉਵੇਂ ਦੂਸਰਾ ਪਾਸਾ ਦੇਖਦੇ ਹਾਂ। ਦੂਸਰਾ ਪਾਸਾ ਵੀ ਇਸ ਵਰਗ ਦਾ ਐਕਸ ਆ ਅਤੇ ਇਹ ਟੁਕੜਿਆਂ ਦਾ ਹੈ ਇਕਾਈ 1 ਅਤੇ 1। ਸੋ ਅਸੀਂ ਇਹ ਵੀ ਜੋੜ ਕੇ ਦੇਖਦੇ ਹਾਂ, ਐਕਸ ਜਮਾਂ 1+1 ਜਾਣੀ ਕਿ ਸਾਡੇ ਕੋਲ ਟੋਟਲ ਬਣ ਗਿਆ ਐਕਸ ਜਮਾਂ 2। ਭਾਵ ਇਸ ਦਾ ਦੂਸਰਾ ਪਾਸਾ ਸਾਡੇ ਕੋਲ ਐਕਸ ਜੋੜ 1+1, ਭਾਵ ਇਸ ਦੀ ਚੌੜਾਈ ਸਾਡੇ ਕੋਲ ਐਕਸ ਜੋੜ 2 ਦੇ ਰੂਪ ਦੇ ਵਿੱਚ ਪ੍ਰਾਪਤ ਹੋਈ ਹੈ। ਬਿਲਕੁਲ। ਇਸ ਤਰ੍ਹਾਂ ਇਸ ਦੇ ਜਿਹੜੇ ਗੁਣਖੰਡ ਹੈਗੇ ਨੇ, ਇਸ ਬਹੁਪਦ ਦੇ ਗੁਣਖੰਡ ਸਾਡੇ ਕੋਲ ਐਕਸ ਜੋੜ 3 ਅਤੇ ਐਕਸ ਜੋੜ 2 ਦੇ ਰੂਪ ਵਿੱਚ ਪ੍ਰਾਪਤ ਹੁੰਦੇ ਨੇ, ਜੋ ਕਿ ਅਸੀਂ ਕਿਰਿਆ ਵਿਧੀ ਰਾਹੀਂ ਪ੍ਰਾਪਤ ਕੀਤੇ ਹਨ। ਬਿਲਕੁਲ। ਹੁਣ ਅਸੀਂ ਇੱਕ ਅਜਿਹਾ ਬਹੁਪਦ ਲਿਆ ਹੈ ਜਿਸਦਾ ਮੱਧ ਪਦ ਸਾਡੇ ਕੋਲ ਰਿਣਾਤਮਕ ਸੰਖਿਆ ਦੇ ਰੂਪ ਵਿੱਚ ਹੈ। ਸਰ, ਇਸ ਦੇ ਅਸੀਂ ਗੁਣਖੰਡ ਕਿਸ ਤਰ੍ਹਾਂ ਬਣਾ ਸਕਦੇ ਹਾਂ ਜੀ? ਬਿਲਕੁਲ ਜੀ, ਦੇਖਦੇ ਹਾਂ। ਬਿਲਕੁਲ ਉਸੇ ਤਰੀਕੇ ਨਾਲ ਅਸੀਂ ਪਹਿਲਾ ਪਦ ਸਾਡੇ ਕੋਲ ਹੈਗਾ ਐਕਸ ਸਕੇਅਰ,
ਉਹਨੂੰ ਅਸੀਂ ਐਕਸ ਕਰ ਲਿਆ। ਬਿਲਕੁਲ ਉਸੇ ਤਰੀਕੇ ਨਾਲ ਸਾਡੇ ਕੋਲ ਪਿਛਲੇ ਸੰਖਿਆ ਬਹੁਪਦ ਦੇ ਵਿੱਚ ਸਾਡੇ ਕੋਲ ਸੀ ਧਨਾਤਮਕ ਦੇ 5 ਐਕਸ, ਜਿਹਨੂੰ ਅਸੀਂ ਹਰੇ ਰੰਗ ਦੇ ਨਾਲ ਰੀਪ੍ਰਜੈਂਟ ਕੀਤਾ ਸੀ। ਇਸ ਵਾਰ ਇਹ ਰਿਣਾਤਮਕ ਹੈ, ਮਾਈਨਸ ਦੇ ਨੇ, ਇਸ ਲਈ ਅਸੀਂ ਇਹਨਾਂ ਪਾਸਾ ਦੂਸਰਾ ਦੇਖਾਂਗੇ, ਉਹ ਨੀਲਾ ਰੱਖਿਆ ਹੈ ਜੋ ਕਿ ਰਿਣਾਤਮਕ ਰੂਪ ਨੂੰ ਪ੍ਰਗਟਾਉਂਦਾ ਹੈ। ਉਹੀ ਅਸੀਂ 5 ਸਟਿਪਸ ਲਈਆਂ ਨੇ, 5 ਟੁਕੜੇ ਨੇ ਜਿਹੜੇ ਮਾਈਨਸ ਐਕਸ ਦੇ ਰੂਪ ਦੇ ਵਿੱਚ ਹਨ। ਭਾਵ ਜਦੋਂ ਇਹ ਹਰੇ ਰੰਗ ਦਾ ਅਸੀਂ ਲਿਆ ਸੀ ਤਾਂ ਉਸਦਾ ਭਾਵ ਸੀ ਧਨਾਤਮਕ, ਜਦੋਂ ਅਸੀਂ ਨੀਲੇ ਰੰਗ ਦੇ ਵਿੱਚ ਇਸਨੂੰ ਲਿਆ ਹੈ ਤਾਂ ਇਸਦਾ ਭਾਵ ਹੈ ਰਿਣਾਤਮਕ। ਰਿਣਾਤਮਕ, ਠੀਕ ਹੈ ਸਰ। ਉਵੇਂ ਤੀਸਰਾ ਪਦ ਹੈ ਸਾਡੇ ਕੋਲ 6, ਉਹਦੇ ਲਈ ਅਸੀਂ ਉਵੇਂ ਦੇ ਹੀ 6 ਟੁਕੜੇ ਲਏ ਹਨ ਜੀ। ਪਿਆਰੇ ਵਿਦਿਆਰਥੀਓ, ਆਓ ਹੁਣ ਅਸੀਂ ਇਹਨਾਂ ਨੂੰ ਫਿਰ ਉਸੇ ਤਰੀਕੇ ਨਾਲ ਅਰੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਆਪਾਂ ਸਾਰੇ ਦੇ ਸਾਰੇ ਟੁਕੜਿਆਂ ਨੂੰ ਇੱਕ ਪੂਰਨ ਵਰਗ ਜਾਂ ਪੂਰਨ ਅੱਜ ਦੇ ਰੂਪ ਚ ਦੇਖੀਏ। ਬਾਕੀ ਦੀ ਸਾਰੀ ਕਿਰਿਆ ਉਸੇ ਤਰ੍ਹਾਂ ਨਾਲ ਦੁਹਰਾਈ ਜਾਏਗੀ। ਬਿਲਕੁਲ ਸਰ, ਠੀਕ ਹੈ ਜੀ। ਕੀ ਤੁਸੀਂ ਮੇਰੀ ਮਦਦ ਕਰੋਗੇ? ਬਿਲਕੁਲ ਜੀ, ਬਿਲਕੁਲ ਸਰ। ਅਸੀਂ ਸ਼ੁਰੂ ਕਰਦੇ ਹਾਂ ਉਸੇ ਤਰੀਕੇ ਨਾਲ x² ਤੋਂ, ਤੇ ਆਹ ਦੇਖੋ ਸਰ ਕਿੱਥੇ ਇੱਕ ਲਗਾਈਏ ਆਪਾਂ। ਪਹਿਲਾਂ ਅਸੀਂ ਇਹਨਾਂ ਨੂੰ ਇਸ ਪਾਸੇ ਲਗਾ ਕੇ ਦੇਖ ਲੈਂਦੇ ਹਾਂ ਜੀ। ਬਿਲਕੁਲ, ਫਿਰ ਉਸੇ ਤਰੀਕੇ ਨਾਲ 6 ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਜੀ, 1, 2, 3, 4। ਵਿਦਿਆਰਥੀ ਦੇਖ ਸਕਦੇ ਹੋ ਕਿ ਇਸ ਵਾਰ ਵੀ ਬਿਲਕੁਲ ਇਹ ਕੋਈ ਆਇਤ ਜਾਂ ਵਰਗ ਨਹੀਂ ਬਣਿਆ, ਠੀਕ ਹੈ ਜੀ। ਤੇ ਫਿਰ ਉਸੇ ਤਰ੍ਹਾਂ ਕੋਸ਼ਿਸ਼ ਦੁਬਾਰਾ ਸ਼ੁਰੂ ਕਰਦੇ ਹਾਂ ਅਸੀਂ ਜੀ। ਇੱਥੇ ਇੱਕ ਪੱਟੀ ਚੱਕ ਕੇ x ਦੀ ਸਾਈਡ ਲਗਾਵਾਂਗੇ ਜੀ। ਇਹ x ਨੂੰ x ਨਾਲ ਲਗਾ ਕੇ ਹੀ ਇਹ ਕੰਮ ਜਿਹੜਾ ਸਿਰੇ ਚੜ ਸਕਦਾ ਜੀ। ਫਿਰ ਤੋਂ ਹੀ ਕਿਰਿਆ ਦੁਹਰਾਉਣੀ, ਸਾਡੇ ਕੋਲ 2 ਬਚਦੇ ਨੇ, ਕਿਰਿਆ ਨੂੰ ਹੋਰ ਅੱਗੇ ਦੁਹਰਾਈਏ ਜੀ। ਸ਼ੁਰੂ ਕਰਦੇ ਹਾਂ ਅੱਗੇ, ਫਿਰ ਰੱਖਿਆ, ਅਰੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਡੇ ਕੋਲ ਪੂਰਾ ਆਇਤ ਬਣ ਜਾਏ। ਬਿਲਕੁਲ ਜੀ, ਹੁਣ ਇੱਕ ਆਇਤ ਪੂਰਨ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ। ਨਾਲ ਦੀ ਨਾਲ ਦੇ ਵਿੱਚ ਸਾਡੀਆਂ ਜਿਹੜੀਆਂ ਦੂਜੀਆਂ ਕਿਰਿਆਵਾਂ ਹੈਗੀਆਂ ਨੇ ਉਹ ਵੀ ਸਾਹਮਣੇ ਆਈਆਂ ਕਿ ਜਿਵੇਂ ਅਸੀਂ ਪੜ੍ਹਦੇ ਹਾਂ ਕਿ ਘਟਾਓ ਨੂੰ ਘਟਾਓ ਵਾਲੀ ਸੰਖਿਆ ਨਾਲ ਗੁਣਾ ਕਰੀਏ ਤਾਂ ਉਹ ਜੋੜ ਦੀ ਸੰਖਿਆ ਹੋ ਜਾਂਦੀ ਹੈ। ਉਹ ਚੀਜ਼ਾਂ ਵੀ ਇੱਥੇ ਜਿਹੜੇ ਹੈਗੇ ਸਾਰੇ ਨਿਯਮ ਪੂਰੀ ਤਰ੍ਹਾਂ ਸਾਡੇ ਸਾਹਮਣੇ ਆਏ ਨੇ, ਲੱਗ ਜਾਂਦੇ ਨੇ। ਬਿਲਕੁਲ ਜੀ, ਬਿਲਕੁਲ। ਹੁਣ ਇਹਦਾ ਸਾਡੇ ਕੋਲ ਕੀ ਕਿਹੜੇ ਕਿਹੜੇ ਬਣ ਗਏ ਜੀ ਗੁਣਖੰਡ? ਇਸ ਦੇ ਵਿੱਚ ਫਿਰ ਬੱਚਿਓ ਆਪਾਂ ਦੇਖਾਂਗੇ ਉਸੇ ਤਰੀਕੇ ਨਾਲ ਇਧਰਲੀ ਪੂਜਾ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ। ਇਧਰਲੀ ਸਾਈਡ ਆ ਗਿਆ ਸਾਡੇ ਕੋਲ x ਜੀ, ਆਹ ਪੂਜਾ ਸਾਡੇ ਕੋਲ x ਹੋ ਗਈ। ਫਿਰ ਆਹ 3 ਸਾਡੇ ਕੋਲ ਘਟਾਓ ਦੀਆਂ ਇਕਾਈਆਂ ਨੇ, ਭਾਵ ਸਾਡੇ ਕੋਲ ਘਟਾਓ 1 ਇਹ ਹੋ ਗਿਆ, ਘਟਾਓ 1 ਇਹ ਹੋ ਗਿਆ, ਤੇ ਘਟਾਓ 1 ਇਹ ਹੋ ਗਿਆ, ਭਾਵ ਇਹ ਸਾਰੇ ਘਟਾਓ ਦੇ 3 ਹੋ ਗਏ, 3 ਰਿਣਾਤਮਕ ਸਾਡੇ ਕੋਲ ਆ ਗਏ ਨੇ। ਦੇਖੋ ਉਸੇ ਤਰੀਕੇ ਨਾਲ ਪੂਰੀ ਇਹ ਪੂਜਾ ਸਾਡੇ ਕੋਲ ਬਣ ਗਈ ਆ ਜੀ। x ਘਟਾਓ 3 ਇੱਕ ਪਾਸਾ ਸਾਡੇ ਕੋਲ ਆ ਗਿਆ ਜੀ ਇਹਦਾ, x ਘਟਾਓ 3। ਉਵੇਂ ਦੂਸਰੇ ਪਾਸੇ ਨੂੰ ਦੇਖਦੇ ਆ, ਆ ਪੂਜਾ ਸਾਡੇ ਕੋਲ x ਜੀ, ਸੇਮ ਆ ਟੁਕੜਾ ਘਟਾਓ ਦਾ 1, ਅਗਲਾ ਵੀ ਘਟਾਓ ਦਾ 1, ਤਾਂ ਕੁੱਲ ਸਾਡੇ ਕੋਲ ਬਣ ਗਿਆ ਪਿਆਰੇ ਬੱਚਿਓ ਇਹ x -1 -1 ਜਾਣੀ ਕਿ x -2। ਠੀਕ ਹੈ ਜੀ, ਇਸ ਤਰ੍ਹਾਂ ਇਸ ਬਹੁਪਦ ਦੇ ਗੁਣਖੰਡ ਸਾਡੇ ਕੋਲ x ਘਟਾਓ 3 ਅਤੇ x ਘਟਾਓ 2 ਅਸੀਂ ਕਿਰਿਆ ਰੂਪ ਦੇ ਵਿੱਚ ਕਰਕੇ ਦੇਖੇ ਹਨ। ਬਿਲਕੁਲ ਜੀ।